ਇੱਕ ਨਾਬਾਲਗ ਨੂੰ ਭਜਾਉਂਦਾ ਇਹ ਕਾਂਗਰਸ ਦਾ ਕੌਂਸਲਰ ਹੈ ਜੋ ਮਹਿਜ਼ 16 ਸਾਲ ਦੀ ਕੁੜੀ ਨੂੰ ਆਪਣੇ ਨਾਲ ਲੈ ਗਿਆ। ਹਾਲਾਂਕਿ ਮਾਪਿਆਂ ਨੇ ਆਪਣੀ ਧੀ ਨੂੰ ਨਾਲ ਲੈ ਕੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਧਮਕੀਆਂ ਦੇਣ ਲੱਗਾ ਜਿਸ ਕਾਰਨ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਕੁੜੀ ਨੂੰ ਭਜਾਉਂਦਿਆਂ ਦੀ ਵੀਡੀਓ ਵੀ ਮਾਪਿਆਂ ਨੇ ਵਿਖਾਈ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕਾਂਗਰਸ ਦਾ ਕੌਂਸਲਰ ਕੁੜੀ ਨੂੰ ਭਜਾ ਕੇ ਲੈ ਕੇ ਜਾ ਰਿਹਾ ਹੈ। ਕੁੜੀ ਦੇ ਮਾਪਿਆਂ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਬੇਟੀ 4 ਦਿਨਾਂ ਤੋਂ ਲਾਪਤਾ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਬੇਟੀ ਕੌਂਸਲਰ ਦੇ ਕੋਲ ਹੈ ਤਾਂ ਉਹ ਆਪਣੀ ਬੇਟੀ ਨੂੰ ਉਸਦੇ ਘਰ ਤੋਂ ਲੈਣ ਪਹੁੰਚੇ ਪਰ ਉਹਨਾਂ ਦੀ ਕੁੱਟਮਾਰ ਕੀਤੀ ਗਈ ਤੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਉਹਨਾਂ ਉੱਤੇ ਪਰਚਾ ਦਰਜ ਕੀਤਾ ਜਾਵੇਗਾ ਤੇ ਮਾਪਿਆਂ ਤੋਂ 2 ਲੱਖ ਦੀ ਮੰਗ ਵੀ ਕੀਤੀ ਤੇ ਉਹਨਾਂ ਨੂੰ ਧੱਕਾ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੂੰ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਸੰਬੰਧੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਕਮਿਸ਼ਨਰ ਨਾਲ ਫੋਨ ਤੇ ਗੱਲ ਹੋ ਗਈ ਹੈ ਤੇ ਕਾਂਗਰਸ ਦੇ ਕੌਂਸਲਰ ਮਿੱਠੂ ਮਦਾਨ ਦੇ ਖਿਲਾਫ ਪਰਚਾ ਵੀ ਦਰਜ ਕਰ ਲਿਆ ਤੇ ਬਣਦੀ ਕਾਰਵਾਈ ਹੁਣ ਕੀਤੀ ਜਾਵੇਗੀ। ਕੁੜੀ ਨਿਕਲ ਗਈ ਸੀਗੀ ਤੇ ਕੁੜੀ ਮੈਂ ਲੈਣ ਕੌਂਸਲਰ ਮਿੱਠੂ ਮੈਦਾਨ ਦੇ ਘਰੇ ਕੱਲ੍ਹ ਸਾਨੂੰ ਮਿਲੀ ਗਈ ਤੇ ਮੈਂ ਲੈਣ ਗਈ ਤੇ ਸਾਨੂੰ ਉਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢਿਆ। ਕੱਢਣ ਦੇ ਬਾਅਦ ਸਾਨੂੰ ਕੁੜੀ ਜਿੰਮਾ ਨਹੀਂ ਲਾਇਆ ਤੇ ਇਹ ਕੰਮ ਮਿੱਠੂ ਮੈਦਾਨ ਦਾ ਹੈਗਾ ਤਾਂ ਮੈਨੂੰ ਬਸ ਕੁੜੀ ਚਾਹੀਦੀ ਆ ਤਾਂ ਉਹਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ। ਹੋਰ ਲੜਕੀ ਦੀ ਕਿੰਨੀ ਉਮਰ ਹੈ ਜੀ? ਲੜਕੀ ਦੀ ਉਮਰ 16 ਸਾਲ 2 ਮਹੀਨੇ ਦੀ ਹੈ। ਭਜਾਉਣ ਦੇ ਵਿੱਚ ਕਿਹਦਾ ਹੱਥ ਹੈਗਾ ਜੀ? ਇਹ ਮਿੱਠੂ ਪ੍ਰਧਾਨ ਦਾ ਹੈਗਾ। ਹਾਂਜੀ, ਧੱਕੇ ਧੁੱਕੇ ਮਾਰੇ ਨਾਲੇ ਮੁੰਡੇ ਨੂੰ ਨਾਲੇ ਆਦਮੀ ਨੂੰ ਇਹਨਾਂ ਨੇ ਕੁੱਟਿਆ ਗਿਆ। ਮੰਗ ਇਹੋ ਕਰਦੀ ਹੱਥ ਜੋੜ ਕੇ ਕਿ ਮੇਰੀ ਧੀ ਘਰ ਹੈ ਅਜੇ ਵੀ ਤੇ ਮੈਂ ਸੁਖੀ ਹੋ ਜਾ। ਮੈਂ 4 ਦਿਨਾਂ ਤੋਂ ਬਹੁਤ ਰੋਂਦੀ ਪਈ ਹਾਂ, ਮੇਰਾ ਜੀਣਾ ਹਰਾਮ ਹੋ ਗਿਆ। ਧੀਆਂ ਨੂੰ ਅਸੀਂ ਕੋਈ ਨਹੀਂ ਕੱਢ ਕੇ ਰਾਜੀ ਹੈਗੀ। ਸਾਡੀ ਮਦਦ ਕਰੋ ਜੀ, ਸਾਡੀ ਮਦਦ ਕਰੋ। ਹੁਣ ਤੱਕ ਸੁਣਵਾਈ ਕੀਤੀ ਪੁਲਿਸ ਨੇ? ਹਾਂਜੀ, ਨਹੀਂ ਕੀਤੀ ਹੈ। ਸਾਨੂੰ ਤੇ ਧਮਕੀਆਂ ਭਰੀਆਂ ਵੀ ਫੋਨ ਆਉਂਦੇ ਪਏ ਆ ਕਿ 2 ਲੱਖ ਰੁਪਈਏ ਲੱਗਣੇ ਆ, 2 ਲੱਖ ਰੁਪਈਏ ਲੱਗਣੇ, 2 ਲੱਖ ਰੁਪਈਏ ਲੱਗਣੇ, ਤੁਸੀਂ ਕੁੜੀ ਨੂੰ ਆ ਕੇ ਲੈ ਕੇ ਜਾਓ ਤੇ ਸ਼ਾਇਦ ਸਾਡੇ ਪਰਿਵਾਰਾਂ ਦੇ ਉੱਤੇ ਕਹਿੰਦੇ ਪਰਚਾ ਕਟਾਉਣਾ ਵਾ, ਪਰਚਾ ਕਟਾ ਤੋ ਡਰ ਗਏ ਆ। ਹੁਣ ਮੈਨੂੰ ਟੈਨਸ਼ਨ, ਮੇਰੇ ਮੋਬਾਈਲ 'ਚ ਵੀ ਧਮਕੀ ਭਰੀ ਫੋਨ ਆਉਂਦੇ ਪਏ ਆ। ਕਿਹਦੇ ਵੱਲੋਂ ਧਮਕੀ ਦਿੱਤੀ ਹੈ? ਧਮਕੀ ਦਿੰਦੇ ਪਏ ਆ ਕਿ ਤੁਸੀਂ ਕੁੜੀ ਨੂੰ ਆ ਕੇ ਲੈ ਕੇ ਜਾਓ, ਨਹੀਂ ਤੇ ਤੁਹਾਡੇ ਪਰਿਵਾਰ ਨੂੰ ਵੀ ਧਮਕੀ ਦਿੰਦੀ ਹੈ ਕਿ ਤੁਹਾਡੇ ਪਰਿਵਾਰ ਦੇ ਉੱਤੇ, ਸਾਰਿਆਂ ਦੇ ਉੱਤੇ ਪਰਚਾ ਪਾਉਣਾ ਵਾ। ਮੇਰੇ ਪਰਿਵਾਰ ਤੁਹਾਨੂੰ ਮਿਲਿਆ ਜੀ? ਇੱਕ ਕਾਂਗਰਸ ਲੀਡਰ ਦਾ ਸਤਾਇਆ ਹੋਇਆ। ਕੋਈ ਗੱਲ ਨਹੀਂ, ਸੀਪੀ ਨੂੰ ਕਹਿਤਾ, ਪਰਚਾ ਦਰਜ ਹੋ ਗਿਆ। ਹੁਣ ਸੀਪੀ ਸਾਹਿਬ ਨੇ ਦੱਸਿਆ ਕੁੜੀ ਦੀ ਬਰਾਬਦੀ ਹੋ ਗਈ। ਕੋਈ ਗੱਲ ਹਾਂ।